24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਨੀ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਗ ਦੇ ਮੁੱਦੇ। ਪ੍ਰੋਗਰਾਮ ਮੰਡੇ ਟੂ ਫਰਾਈਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ। ਇਸ ਦੇ ਵਿੱਚ ਕਾਲ ਕਰਨ ਲਈ ਨੰਬਰ 905-867-2770। ਲਾਈਵ ਦੇ ਨਾਲ ਨਾਲ ਫੇਸਬੁੱਕ, ਯੂਟਿਊਬ 'ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ, ਅਤੇ ਨਾਲ ਲਿਸਨ ਲਾਈਵ ਨੰਬਰਾਂ 'ਤੇ ਫੋਨ ਡਾਇਲ ਕਰਕੇ ਇਹਨੂੰ ਸੁਣਿਆ ਜਾ ਸਕਦਾ। ਆਪਣੇ ਨਾਲ ਬਠਿੰਡੇ ਸ਼ਹਿਰ ਤੋਂ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ ਜੁੜ ਚੁੱਕੇ ਕਰਦੇ ਨੇ। ਸਵਾਗਤ ਜੀ ਢਿੱਲੋਂ ਸਾਹਿਬ, ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ। ਆਇਆਂ ਸ਼ੁਕਰੀਆ ਜੀ, ਮਿਹਰਬਾਨੀ, ਸਾਰੇ ਸੁਣਨ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਅੱਜ ਸਵੇਰੇ 11 ਵਜੇ ਦੀ ਬਾਰਿਸ਼ ਸ਼ੁਰੂ ਹੋਈ ਹੋਈ ਹੈ ਮੌਂਟਰੀਅਲ ਅਤੇ ਖਾਸ ਕਰਕੇ ਟੋਰਾਂਟੋ ਤੱਕ। ਜਿੱਥੇ ਜਿੱਥੇ ਬਾਰਿਸ਼ ਹੋ ਰਹੀ ਹੈ ਬਹੁਤ ਹੈਵੀ ਹੈ, ਠੰਡ ਸਟੋਰਮ ਆ, ਅਤੇ ਬੀ ਕੇਅਰਫੁੱਲ ਧਿਆਨ ਦੇ ਨਾਲ ਗੱਡੀਆਂ ਚਲਾਓ। ਪਾਣੀ ਬਹੁਤ ਜ਼ਿਆਦਾ ਖੜ੍ਹਾ ਹੋਇਆ, ਪਾਰਕਿੰਗਾਂ ਦੇ ਵਿੱਚ ਵੀ ਪਾਣੀ ਬਹੁਤ ਖੜ੍ਹਾ ਹੋਇਆ, ਅਤੇ ਤੁਸੀਂ ਕਿਤੇ ਜਾਂਦੇ ਹੋ ਤਾਂ ਬੜੇ ਧਿਆਨ ਦੇ ਨਾਲ ਗੱਡੀ ਚਲਾਓ ਕਿ ਤੁਸੀਂ ਸਲਿੱਪ ਕਰ ਸਕਦੀ ਹੈ। ਢਿੱਲੋਂ ਸਾਹਿਬ, ਬੜੇ ਲੰਬੇ ਸਮੇਂ ਤੋਂ 5 ਕੁ ਮਹੀਨੇ ਹੋ ਗਏ ਮੈਨੂੰ ਲੱਗਦਾ, ਜਿਹੜਾ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹਰਿਆਣੇ ਦੇ ਬਾਰਡਰ 'ਤੇ। ਹਰਿਆਣੇ ਨੇ ਅੰਦਰ ਨਹੀਂ ਵੜਨ ਦਿੱਤਾ, ਉੱਧਰ ਦਿੱਲੀ ਵੀ ਰੋਕਾਂ ਲਾਈਆਂ ਹੋਈਆਂ, ਪਰ ਹੁਣ ਪਤਾ ਨਹੀਂ ਕਿਹਨੇ ਪਟੀਸ਼ਨ ਪਾਈ ਹੈ, ਕਿਸਾਨਾਂ ਨੇ ਵੀ ਨਹੀਂ ਪਾਈ, ਪੰਜਾਬ ਸਰਕਾਰ ਨੇ ਵੀ ਨਹੀਂ ਪਾਈ, ਸ਼ਾਇਦ ਹਰਿਆਣੇ ਦੇ ਕਿਸੇ ਕਿਹਨੇ ਪਾਈ ਹੈ ਤੁਹਾਨੂੰ ਪਤਾ ਹੋਣਾ। ਹੁਣ ਕਹਿੰਦਾ ਇੱਕ ਹਫ਼ਤੇ ਦੇ ਵਿੱਚ ਸ਼ੰਭੂ ਬਾਰਡਰ ਖੋਲ੍ਹਿਆ ਜਾਵੇ, ਹਾਈਕੋਰਟ ਦੀ ਹਰਿਆਣਾ ਸਰਕਾਰ ਨੂੰ ਹਦਾਇਤ। ਦੇਖੋ, ਗੱਲ ਇਹ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਔਰ ਬੜਾ ਇਤਿਹਾਸਕ ਹੈ ਜੀ। ਇਤਿਹਾਸਕ ਇਸ ਕਰਕੇ ਕਿ ਜਿਹੜੀਆਂ ਗੱਲਾਂ ਦਾ ਅਸੀਂ ਜ਼ਿਕਰ ਆਮ ਤੌਰ ਤੇ ਟੈਲੀਵਿਜ਼ਨਾਂ ਤੇ, ਰੇਡੀਓ ਤੇ, ਅਖਬਾਰਾਂ ਦੇ ਵਿੱਚ ਕਰਦੇ ਹਾਂ ਕਿ ਲੋਕਾਂ ਨੂੰ ਕੰਸਟੀਟਿਊਸ਼ਨਲ ਜਿਹੜੇ ਰਾਈਟ ਮਿਲੇ ਹੋਏ ਆ, ਉਹਨਾਂ ਰਾਈਟਸ ਦੀ ਉਲੰਘਣਾ ਹੋ ਰਹੀ ਹੈ, ਉਹਨਾਂ ਰਾਈਟਸ ਦੇ ਉੱਤੇ ਅਮਲ ਨਹੀਂ ਹੋਣ ਦਿੱਤਾ ਜਾ ਰਿਹਾ, ਰੁਕਾਵਟਾਂ ਪਾਈਆਂ ਜਾ ਰਹੀਆਂ, ਔਰ ਰੁਕਾਵਟਾਂ ਵੀ ਕਿਸੇ ਹੋਰ ਵੱਲੋਂ ਨਹੀਂ ਪਾਈਆਂ ਜਾ ਰਹੀਆਂ, ਸਟੇਟ ਵੱਲੋਂ ਭਾਵ ਸਰਕਾਰ ਵੱਲੋਂ ਪਾਈਆਂ ਜਾ ਰਹੀਆਂ, ਇਹ ਰੁਕਾਵਟਾਂ ਨਹੀਂ ਹੋਣੀਆਂ ਚਾਹੀਦੀਆਂ। ਇਹਦੇ 'ਤੇ ਜਿਹੜਾ ਇਹ ਫੈਸਲਾ ਹੈ, ਇਹ ਬੜਾ ਮਹੱਤਵਪੂਰਨ ਆ। ਆਪਾਂ ਜਾਣਦੇ ਹਾਂ ਕਿ ਪਹਿਲਾਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਕੁਛ ਜਿਹੜੇ ਕਾਲੇ ਕਾਨੂੰਨ ਆਏ ਸੀ ਉਹਨਾਂ ਦੇ ਖਿਲਾਫ਼ ਮੋਰਚਾ ਸ਼ੁਰੂ ਕੀਤਾ ਸੀ, ਔਰ ਉਹ ਮੋਰਚਾ ਫਿਰ ਜਿਹੜਾ ਹੈਗਾ ਦੇਸ਼ ਵਿਆਪੀ ਬਣ ਗਿਆ ਸੀ, ਜਿਹਦਾ ਨਾਂ ਫਿਰ ਸੰਯੁਕਤ ਕਿਸਾਨ ਮੋਰਚਾ ਰੱਖਤਾ ਸੀ, ਔਰ ਉਸ ਕਿਸਾਨ ਮੋਰਚੇ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਬੜੇ ਲੰਬੇ ਸਮੇਂ ਬਾਅਦ, ਤੇ ਉਹਦੀ ਕੀਮਤ ਵੀ ਬੜੀ ਚੁਕਾਉਣੀ ਪਈ ਸੀ। 700 ਤੋਂ ਉੱਪਰ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਸੀ, ਭਾਵੇਂ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਆਫ਼ੀ ਵੀ ਮੰਗ ਲਈ ਸੀ, ਕਾਲੇ ਕਾਨੂੰਨ ਵਾਪਸ ਲੈਣ ਦੀ ਗੱਲ ਵੀ ਕਹਿਤੀ ਸੀ, ਔਰ ਜਦੋਂ ਕਿਸਾਨਾਂ ਨੂੰ ਉੱਥੋਂ ਉੱਠਣ ਲਈ ਬੇਨਤੀ ਕੀਤੀ ਕਿ ਜੀ ਹੁਣ ਤੁਹਾਡੀਆਂ ਮੰਗਾਂ ਮੰਨ ਲਈਆਂ ਤੇ ਤੁਸੀਂ ਚਲੇ ਜਾਓ, ਤਾਂ ਕਿਸਾਨ ਫਿਰ ਇਸ ਗੱਲ ਤੇ ਆ ਗਏ ਕਿ ਸਾਡੀ ਬੇਸਿਕ ਮੰਗ ਤਾਂ ਰਹਿੰਦੀ ਹੈ, ਉਹ ਮੰਗ ਜਿਹੜੀ ਹੈਗੀ ਹੈ ਉਹ ਹੈ ਕਿ ਸਾਨੂੰ MSP ਦੀ ਜਿਹੜੀ ਹੈ ਕਾਨੂੰਨੀ ਗਰੰਟੀ ਦਿੱਤੀ ਜਾਵੇ, ਜਿਵੇਂ ਕਿ ਡਾਕਟਰ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਹੈ, ਔਰ ਜਿਹਨਾਂ ਸਿਫਾਰਿਸ਼ਾਂ ਦੇ ਸੰਬੰਧ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ 2014 ਦੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਸੀ। ਮੈਂ ਜ਼ਿਕਰ ਕਰ ਦੇਵਾਂ ਕਿ ਅਸਲ ਦੇ ਵਿੱਚ ਜਿਹੜੀ ਕਮੇਟੀ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਅਗਵਾਈ ਵਾਲੀ, ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬਣਾਈ ਸੀ, ਭਾਵੇਂ ਉਹ ਤੋਂ ਬਾਅਦ ਵੀ ਸਰਕਾਰ ਰਹੀ ਸੀ ਡਾਕਟਰ ਮਨਮੋਹਨ ਸਿੰਘ ਦੀ, ਪਰ ਅਮਲ ਉਦੋਂ ਵੀ ਨਹੀਂ ਹੋਇਆ ਸੀ ਤੇ ਅਮਲ ਅਗਾਂਹ ਵੀ ਨਹੀਂ ਹੋਇਆ। ਤਾਂ ਉਸ ਵੇਲੇ ਫਿਰ ਭਾਰਤ ਸਰਕਾਰ ਨੇ ਇੱਕ ਜਿਹੜਾ ਹੈਗਾ ਆਪਾਂ ਜਿਹਨੂੰ ਕਹਿ ਸਕਦੇ ਹਾਂ ਅਣਲਿਖਤ ਸਮਝੌਤਾ ਕਰ ਲਿਆ ਸੀ ਸਾਡੇ ਕਿਸਾਨਾਂ ਦੇ ਨਾਲ। ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਅਸੀਂ ਜਿਹੜੀ ਹੈਗੀ ਹੈ MSP ਵੀ ਦੇਵਾਂਗੇ, ਜਿਹਨਾਂ ਲੋਕਾਂ ਦੇ ਖਿਲਾਫ਼ ਪਰਚੇ ਦਰਜ ਹੋਏ ਆ ਉਹ ਸਾਰੇ ਪਰਚੇ ਵੀ ਰੱਦ ਕਰਾਂਗੇ, ਜਿਹੜੇ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਉਹਨਾਂ ਨੂੰ ਅਸੀਂ ਮੁਆਵਜ਼ਾ ਵਗੈਰਾ ਵੀ ਦੇਵਾਂਗੇ, ਨੌਕਰੀਆਂ ਵੀ ਦੇਵਾਂਗੇ। ਇੱਥੇ ਮੈਂ ਜ਼ਿਕਰ ਕਰ ਦੇਵਾਂ ਕਿ ਅਸਲ ਦੇ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਸੀ,
ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਈਏ ਦੀ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਸੀ ਔਰ ਪਰਿਵਾਰ ਦੇ ਇੱਕ ਬੰਦੇ ਨੂੰ ਨੌਕਰੀ ਦੇਣ ਦੀ ਵੀ ਉਹਨਾਂ ਨੇ ਜਿਹੜੀ ਹੈ ਉਹ ਕਮਿਟਮੈਂਟ ਕੀਤੀ ਸੀ ਤੇ ਉਹਦੇ ਵਜੇ ਪਹਿਰਾ ਵੀ ਦਿੱਤਾ ਸੀ। ਪਰ ਜੇ ਆਪਾਂ ਦੇਖੀਏ ਕਿ ਸ਼ਹਾਦਤਾਂ ਇਕੱਲੀਆਂ ਪੰਜਾਬ ਦੀਆਂ ਨੀ ਨਾ ਹੋਈਆਂ, ਉਹਦੇ ਚ ਹਰਿਆਣੇ ਦੀਆਂ ਵੀ ਹੋ ਗਿਆ ਤੇ ਹੋਰਾਂ ਰਾਜਾਂ ਦੀਆਂ ਵੀ ਹੋਈਆਂ। ਮੁਕੱਦਮੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੀ ਸਰਕਾਰ ਨੇ ਕੋਈ ਬਹੁਤੇ ਦਰਜ ਨਹੀਂ ਕੀਤੇ ਸੀ, ਜੇ ਦਰਜ ਕੀਤੇ ਤਾਂ ਵਾਪਸ ਲੈਣ ਦੀ ਗੱਲ ਕਰ ਲਈ। ਪਰ ਜਿਹੜੀਆਂ ਦੂਜੀਆਂ ਸਰਕਾਰਾਂ ਖਾਸ ਕਰਕੇ ਜੇ ਆਪਾਂ ਹਰਿਆਣੇ ਦੀ ਸਰਕਾਰ ਕਹੀਏ ਉਹਨਾਂ ਨੇ ਮੁਕੱਦਮੇ ਵਾਪਸ ਨਹੀਂ ਸੀ ਲਏ। ਪਰ ਇਹੀ ਜਿਹੜਾ ਹੈਗਾ ਰੇਲਵੇ ਦਾ ਜਿਹੜਾ ਹੈਗਾ ਮਹਿਕਮਾ ਕੇਂਦਰ ਸਰਕਾਰ ਦੇ ਤਹਿਤ ਹੈ ਉਹਦੇ ਪਰਚੇ ਵੀ ਖੜੇ ਸੀ, ਤਾਂ ਉਹ ਕਿਸਾਨਾਂ ਨਾਲ ਕਮਿਟਮੈਂਟ ਕਰ ਲਈ ਕਿ ਜੀ ਅਸੀਂ ਇਹ ਸਾਰਾ ਕੁਛ ਕਰ ਲਾਂਗੇ ਤੇ ਤੁਸੀਂ ਚਲੇ ਜਾਓ। ਕਿਸਾਨਾਂ ਦੇ ਇੱਕ ਧੰਦੇ ਨੇ ਗਲਤੀ ਇਹ ਕਰ ਲਈ ਕਿ ਉਹ ਆ ਕੇ ਚੋਣਾਂ ਚ ਕੁੱਦ ਪਏ। ਚੋਣਾਂ ਦੇ ਵਿੱਚ ਕਿਉਂਕਿ ਜਿਹੜੀ ਆਰਥਿਕ ਲੜਾਈ ਆ ਉਹ ਹੋਰ ਚੀਜ਼ ਹੁੰਦੀ ਆ, ਸਿਆਸਤ ਹੋਰ ਚੀਜ਼ ਹੁੰਦੀ ਹੈ। ਜਦੋਂ ਇਹ ਲੜਾਈ ਸ਼ੁਰੂ ਹੋਈ ਸੀ ਚੰਡੀ ਸਾਹਿਬ ਤਾਂ ਇਸ ਲੜਾਈ ਦੇ ਵਿੱਚ ਜਿਹੜੇ ਲੋਕ ਗਏ ਸੀ ਉਹ ਚ ਅਕਾਲੀ ਵੀ ਸੀ, ਉਹ ਚ ਕਾਂਗਰਸੀ ਵੀ ਸੀ, ਉਹ ਚ ਕਾਮਰੇਡ ਵੀ ਸੀ, ਉਹਦੇ ਚ ਵੱਖ ਵੱਖ ਤਰ੍ਹਾਂ ਦੇ ਲੋਕ ਹੋਰ ਵੀ ਸੀ। ਔਰ ਜਦੋਂ ਚੋਣਾਂ ਦਾ ਡੰਕਾ ਵੱਜ ਗਿਆ ਤੇ ਉਹ ਆਪੋ ਆਪਣੀਆਂ ਪਾਰਟੀਆਂ ਨਾਲ ਚਲੇ ਗਏ। ਕਿਸਾਨ ਇਸ ਗੱਲ ਨੂੰ ਮਿਸਅੰਡਰਸਟੈਂਡਿੰਗ ਕਰ ਗਏ ਕਿ ਸਾਡੇ ਨਾਲ ਇੰਨੇ ਲੋਕ ਲੱਗੇ ਹੋਏ ਹੈ ਤੇ ਸਾਨੂੰ ਤਾਂ ਵੋਟਾਂ ਪਾਉਣਗੇ, ਉਹਨਾਂ ਨੇ ਵੋਟਾਂ ਨਹੀਂ ਪਾਈਆਂ। ਤੇ ਵੱਡੇ ਲੀਡਰ ਸਰਦਾਰ ਬਲਵੀਰ ਸਿੰਘ ਰਾਜੇਵਾਲ ਵਰਗੇ ਬੰਦੇ ਜਿਹੜੇ ਤਿੰਨ ਤਿੰਨ ਵਜ਼ੀਰਾਂ ਨੂੰ ਬੋਲਣ ਨਹੀਂ ਦਿੰਦੇ ਸੀ, ਉਹਨਾਂ ਦੇ ਮੂਹਰੇ ਡੱਕਾ ਲਾ ਦਿੰਦੇ ਸੀ, ਕੁਸ਼ਕ ਨਹੀਂ ਸਕਦੇ ਸੀ ਵਜ਼ੀਰ ਜਿਹਨਾਂ ਦੀ ਦਲੀਲ ਦੇ ਸਾਹਮਣੇ, ਤੇ ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਸੀ। ਇਹਦੇ ਨਾਲ ਫਿਰ ਕਿਸਾਨ ਲਹਿਰ ਦੇ ਵਿੱਚ ਫੁੱਟ ਪੈ ਗਈ। ਪੰਜਾਬ ਦੇ ਵਿੱਚ ਜਿਹੜੀਆਂ ਦੋ ਤਰ੍ਹਾਂ ਸੀਗੀਆਂ ਉਹ ਦੋ ਤਰ੍ਹਾਂ ਇਹਨਾਂ ਤੋਂ ਅਲੱਗ ਹੋ ਗਈਆਂ। ਇੱਕ ਬੀਕੇਜੂ ਜਿਹੜੀ ਹੈਗੀ ਹੈ ਡੱਲੇਵਾਲ ਸਾਹਿਬ ਦੀ ਅਗਵਾਈ ਵਾਲੀ ਬੀਕੇਜੂ ਉਹ ਅਲੱਗ ਹੋ ਗਈ ਤੇ ਉਹਨਾਂ ਨੇ ਆਪਣਾ ਕੁਝ ਹੋਰ ਤਰ੍ਹਾਂ ਨਾਲ ਮਿਲ ਕੇ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਬਣਾ ਲਿਆ। ਦੂਜੇ ਅੰਮ੍ਰਿਤਸਰ ਵਾਲੇ ਜਿਹੜੇ ਹੈਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਉਹ ਹੋ ਗਏ। ਇਹਨਾਂ ਨੇ ਫਿਰ ਮਿਲ ਕੇ ਆਪਣੇ ਪੱਧਰ ਦੇ ਉੱਤੇ ਇੱਕ ਮੋਰਚਾ ਲਾਇਆ ਕਿ ਜੀ ਅਸੀਂ ਉਹਨਾਂ ਮੰਗਾਂ ਦੀ ਪੂਰਤੀ ਵਾਸਤੇ ਦਿੱਲੀ ਨੂੰ ਜਾਂਦੇ ਹਾਂ। ਦਿੱਲੀ ਨੂੰ ਜਾਣ ਵਾਸਤੇ ਜਦੋਂ ਇਹ ਤੁਰੇ ਇੱਥੋਂ ਤੇ ਫਿਰ ਦੋਨਾਂ ਥਾਵਾਂ ਦੇ ਉੱਤੇ ਚਾਹੇ ਉਹ ਖਨੌਰੀ ਹੈ ਤੇ ਚਾਹੇ ਸ਼ੰਭੂ ਹੈ ਉੱਥੇ ਪਹਿਲਾਂ ਬੈਰੀਕੇਡ ਲਾਏ ਗਏ, ਇਹਨਾਂ ਨੂੰ ਜਾਣ ਤੋਂ ਰੋਕਿਆ ਗਿਆ। ਜਿਵੇਂ ਕਿ ਕਿਸਾਨਾਂ ਦਾ ਪਹਿਲਾਂ ਵੀ ਪੈਂਤਰਾ ਸੀ, ਉਹਨਾਂ ਨੇ ਫੈਸਲਾ ਕਰ ਲਿਆ ਕਿ ਠੀਕ ਹੈ ਅਸੀਂ ਅਮਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲਵਾਂਗੇ, ਜਿੱਥੇ ਸਾਨੂੰ ਰੋਕਿਆ ਸੀ ਪੁਰ ਅਮਨ ਬਹਿ ਜਾਂਗੇ ਤੇ ਕਿਸਾਨ ਉਦੋਂ ਤੋਂ ਉੱਥੇ ਬੈਠੇ ਹੈ। ਇਵੇਂ ਤੇ ਇੱਥੇ ਵੀ ਸਾਨੂੰ ਜਿਹੜੀ ਜ਼ਿਆਦਾ ਉਤਾਰਨੀ ਪਈ, ਸ਼ੁਭਕਰਨ ਸਿੰਘ ਨਾਂ ਦਾ ਮੁੰਡਾ ਸ਼ਹੀਦ ਹੋਇਆ, ਇੱਕ ਹੋਰ ਮੁੰਡਾ ਪ੍ਰਿਤਪਾਲ ਉਹਦੇ ਤੇ ਕਹਿਰਾਂ ਦਾ ਜਿਹੜਾ ਹੈਗਾ ਤਸ਼ੱਦਦ ਹੋਇਆ, ਪਰ ਉਹ ਵਿਚਾਰਾ ਨਾ ਜਿਉਂਦਿਆਂ ਚ ਨਾ ਮਰਦਿਆਂ ਚ, ਤੇ ਕਈ ਹੋਰ ਮੁੰਡੇ ਜਿਵੇਂ ਕਿ ਬਾਰਡਰ ਕੰਨ ਵਾਲਾ ਆਪਾਂ ਦੇਖੀਏ ਮੁੰਡਾ ਉਹ ਮੇਰੇ ਖਿਆਲ ਜਗਦੀਪ ਹੈ ਉਹਦਾ ਨਾਂ, ਉਹ ਜਿਹੜਾ ਹੈਗਾ ਉਹਨੂੰ ਵੀ ਅੰਦਰ ਫੜ ਕੇ ਬੰਦ ਕੀਤਾ ਹੋਇਆ ਔਰ ਉਹਦੇ ਤੇ ਵੀ ਤਸ਼ੱਦਦ ਕੀਤਾ ਹੋਇਆ, ਬੁਰੇ ਦਿਹਾੜੇ ਉਹਦੇ ਤੋਂ ਤੁਰ ਨਹੀਂ ਹੁੰਦਾ, ਇੰਨਾ ਜ਼ਿਆਦਾ ਸਾਰਾ ਕੁਛ ਹੋਇਆ। ਤੇ ਕਿਸਾਨ ਜਿਹੜੇ ਹੈਗੇ ਪੂਰਾ ਉਹਨੇ ਬੈਠੇ ਰਹੇ। ਹਾਂ ਵਿੱਚ ਵਿੱਚ ਇਹ ਵੀ ਗੱਲ ਉੱਠਦੀ ਸੀ ਕਿ ਜਦੋਂ ਆਪਣਾ ਤੁਹਾਡਾ ਮਾਡਲ ਕੋਡ ਆਫ ਕੰਡਕਟ ਲੱਗ ਗਿਆ ਸੀ ਉਦੋਂ ਸਰਕਾਰ ਤੁਹਾਡੀ ਕੋਈ ਮੰਗ ਮੰਨ ਹੀ ਨਹੀਂ ਸਕਦੇ ਤੇ ਇਹ ਬੇਲੋੜ ਹੀ ਉੱਥੇ ਬੈਠਣ ਦੀ ਲੋੜ ਨਹੀਂ ਸੀ, ਇਹ ਨਹੀਂ ਸੀ ਚਾਹੀਦਾ, ਪਰ ਕਿਸਾਨ ਆਪਣੀ ਗੱਲ ਦੇ ਉੱਤੇ ਅੜੇ ਰਹੇ। ਹੁਣ ਸਵਾਲ ਇਹ ਪਹਿਲਾਂ ਹੁੰਦਾ ਕਿ ਫਿਰ ਕਿਸਾਨਾਂ ਦਾ ਤੇ ਅੰਬਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਦਾ ਇੱਕ ਆਪਸੀ ਟਕਰਾਅ ਹੋਣਾ ਸ਼ੁਰੂ ਹੋ ਗਿਆ। ਟਕਰਾਅ ਉਹ ਗੱਲਾਂ ਬਾਤਾਂ ਸੀ ਹਲੇ ਤੱਕ ਕੋਮੇ ਨਹੀਂ ਆਏ ਹੋਇਆ, ਜਿਵੇਂ ਕਿ ਪਹਿਲਾਂ ਆਪਾਂ ਕਹਿ ਸਕਦੇ ਹਾਂ ਵੀ ਡਾਂਗੋ ਸੁੱਟੀ ਨਹੀਂ ਹੋਈ ਸੀ, ਗੱਲੀ ਬਾਤੀ ਉਹਨਾਂ ਦਾ ਟਕਰਾਅ ਕਾਫੀ ਹੋਇਆ ਸੀ, ਕਿਉਂਕਿ ਜਿਹੜੀ ਅੰਬਾਲੇ ਦੀ ਮਾਰਕੀਟ ਹੈ ਅੰਬਾਲੇ ਦੀ ਮਾਰਕੀਟ 50% ਜਿਹੜੀ ਆ ਪੰਜਾਬ ਦੇ ਪਿੰਡਾਂ ਤੇ ਆਧਾਰਿਤ ਹੈ। ਪੰਜਾਬ ਦੇ ਪਿੰਡਾਂ ਚੋਂ ਜਿਹੜੇ ਲੋਕ ਉਸ ਮਾਰਕੀਟ ਦੇ ਵਿੱਚ ਖਰੀਦੋ ਫਰੋਖਤ ਕਰਨ ਜਾਂਦੇ ਆ ਉਹਨਾਂ ਨੂੰ ਵੀ ਪ੍ਰੋਬਲਮ ਹੈ, ਉੱਥੋਂ ਦੇ ਵਪਾਰੀਆਂ ਨੂੰ ਇੱਥੇ ਆਉਣ 'ਚ ਵੀ ਪ੍ਰੋਬਲਮ ਹੈ, ਔਰ ਕਿਉਂਕਿ ਤੁਹਾਨੂੰ ਪਤਾ ਵੀ ਉੱਥੇ ਡਰੇਨ ਵੀ ਚੱਲਦੀ ਹੈ, ਪੁਲ ਦੇ ਉੱਤੇ ਵੱਡੇ ਵੱਡੇ ਬੈਰੀਕੇਡ ਲਾਏ ਹੋਏ ਹੈ, ਲੰਘਣ ਉੱਥੋਂ ਦਿੱਤਾ ਨਹੀਂ ਜਾ ਰਿਹਾ ਕਿਸੇ ਨੂੰ, ਤਾਂ ਉਹ ਆਪਸ ਵਿੱਚ ਥੋੜ੍ਹਾ ਜਿਹਾ ਉਹਨਾਂ ਦਾ ਗੁੱਸਾ ਮਸਾਲਾ ਵਧਿਆ ਗਿਆ। ਇਸੇ ਅਰਸੇ ਦੌਰਾਨ ਕਿਸੇ ਸੱਜਣ ਨੇ 5-6 ਮਹੀਨਿਆਂ ਤੋਂ ਇਹ ਅੰਦੋਲਨ ਚੱਲੀ ਜਾਂਦਾ ਹੈ,
ਕਿਸੇ ਸੱਜਣ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਤੀ ਕਿ ਜਿਹੜੀ ਇਹ ਚੰਡੀਗੜ੍ਹ ਦਿੱਲੀ ਲਾਈਨ ਹੈ, ਸੜਕ ਹੈ, ਇਹ ਸਾਡੀ ਲਾਈਫ ਲਾਈਨ ਹੈ, ਇਹਦੇ ਤੇ ਰੁਕਾਵਟ ਕਿਉਂ ਪਾਈ ਹੈ, ਇਹਦੇ ਤੇ ਵਿਚਾਰ ਹੋਣਾ ਚਾਹੀਦਾ ਹੈ। ਸੋ ਇਹ ਮਾਮਲਾ ਕਾਫੀ ਪੁਰਾਣਾ ਹੈ, ਕਈ ਮਹੀਨਿਆਂ ਤੋਂ, ਤੇ ਇਹਦੇ ਤੇ ਲਗਾਤਾਰ ਜਿਹੜੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਸੁਣਵਾਈ ਕਰਦੀ ਆ ਰਹੀ ਸੀ ਤੇ ਕੱਲ੍ਹ ਇਹਦਾ ਫੈਸਲਾ ਆ ਗਿਆ। ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੜੇ ਸਾਫ਼ ਸ਼ਬਦਾਂ ਦੇ ਵਿੱਚ ਹਰਿਆਣਾ ਸਰਕਾਰ ਨੂੰ ਇਹ ਹਦਾਇਤ ਕਰਦੀ ਹੈ ਕਿ ਇਹ ਬੈਰੀਕੇਡ ਖੋਲੋ। ਉਹਨਾਂ ਦੇ ਵਕੀਲ ਨੇ, ਜਿਹੜਾ ਸਰਕਾਰੀ ਵਕੀਲ ਸੀ, ਉਹਨੇ ਦਲੀਲ ਦਿੱਤੀ ਜੀ ਇਹ ਲੋਕ ਜਾਣਾ ਚਾਹੁੰਦੇ ਆ ਦਿੱਲੀ ਵੱਲ ਨੂੰ, ਕਹਿੰਦੇ ਵੀ ਕਿਉਂ ਰੋਕਿਆ ਤੁਸੀਂ ਇਹਨਾਂ ਨੂੰ, ਇਹਨਾਂ ਨੂੰ ਤੁਸੀਂ ਰੋਕ ਹੀ ਨਹੀਂ ਸਕਦੇ, ਅਮਨ ਜਿਹੜੀ ਹੈਗੀ ਹੈ ਬੁਨਿਆਦੀ ਹੱਕ ਹੈ ਇਹਨਾਂ ਦਾ, ਇਹਨਾਂ ਦਾ ਸੰਵਿਧਾਨਕ ਹੱਕ ਹੈ ਕਿ ਇਹ ਆਪਣਾ ਪ੍ਰੋਟੈਸਟ ਕਰਨ, ਤੁਹਾਡੇ ਨਾਲ ਤੇ ਇਹਨਾਂ ਦੀ ਲੜਾਈ ਨੀ, ਇਹਨਾਂ ਦੀ ਲੜਾਈ ਤੇ ਕੇਂਦਰ ਸਰਕਾਰ ਨਾਲ, ਦਿੱਲੀ ਨੀ ਜਾਂਦੀ, ਤੁਸੀਂ ਇਹਨਾਂ ਨੂੰ ਰਾਜ ਕਿਉਂ ਰੋਕਿਆ। ਔਰ ਉੱਥੇ ਜਿਹੜੇ ਬੈਰੀਕੇਡ ਲਾਏ ਆ ਚੰਦੀ ਸਾਹਿਬ, ਉਹ ਬੈਰੀਕੇਡ ਹੈ ਨੀ ਜਿਵੇਂ ਪਹਿਲਾਂ ਲਾਏ ਸੀ, ਪਹਿਲਾਂ ਬੈਰੀਕੇਡ ਉਹਨਾਂ ਨੇ ਊ ਦੱਸਦੇ ਸੀ ਵੀ ਟਰੱਕ ਭਰ ਭਰ ਕੇ, ਉਹਨਾਂ ਨੇ ਪੱਕੀਆਂ ਕੰਧਾਂ ਹੀ ਕੱਢਦੀਆਂ ਉੱਥੇ, ਉਹ ਕਹਿੰਦੇ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਨੂੰ ਰਿਮੂਵ ਕਰੋ। ਔਰ ਬੜੀ ਹਾਸੋਹੀਣੀ ਦਲੀਲ ਦਿੱਤੀ ਉੱਥੇ ਹਰਿਆਣਾ ਸਰਕਾਰ ਦੇ ਸਰਕਾਰੀ ਵਕੀਲ ਨੇ, ਉਹ ਕਹਿੰਦਾ ਜੀ ਫਿਰ ਇਹ ਲੋਕ ਜਿਹੜੇ ਹੈਗੇ ਆ ਇਹ ਐਸ ਪੀ ਅੰਬਾਲਾ ਦਾ ਘਰਾਓ ਕਰਨਗੇ। ਤੇ ਮਾਨਯੋਗ ਹਾਈ ਕੋਰਟ ਨੇ ਫਿਰ ਕਹਿੰਦਾ, ਕਹਿੰਦੇ ਫਿਰ ਕੀ ਹੋ ਗਿਆ, ਘਰਾਓ ਕਰਨਾ ਇਹਨਾਂ ਦਾ ਰਾਈਟ ਹੈ। ਕਹਿੰਦੇ ਜੀ ਇਹ ਫਿਰ ਉੱਥੇ ਹੋਰ ਡਿਸਟਰਬੈਂਸ ਕ੍ਰੀਏਟ ਕਰਨਗੇ। ਉਹ ਕਹਿੰਦੇ ਵੀ ਵਰਦੀ ਧਾਰੀ ਲੋਕ ਤੁਸੀਂ ਡਰਦੇ ਕਿਉਂ, ਤੁਸੀਂ ਲੋਕਾਂ ਨੂੰ ਪ੍ਰੋਟੈਕਟ ਕਰਨਾ, ਇਹਨਾਂ ਨੂੰ ਤੁਸੀਂ ਕਿਉਂ ਰੋਕਦੇ ਹੋ, ਇਹ ਤੁਸੀਂ ਰੋਕ ਨਹੀਂ ਸਕਦੇ, ਇਹ ਪ੍ਰੋਟੈਸਟ ਕਰਨ, ਕੁਛ ਵੀ ਕਰਨ, ਕਿਉਂਕਿ ਅੰਬਾਲੇ ਦੇ ਐਸ ਪੀ ਦੇ ਘਰਾਓ ਕਰਨ ਦਾ ਜਿਹੜਾ ਫੈਸਲਾ ਕੀਤਾ ਹੋਇਆ ਸੀ ਜੀ, ਉਹ ਇਸ ਕਰਕੇ ਕੀਤਾ ਹੋਇਆ ਸੀ, ਉਹ ਮੁੰਡਾ ਜਿਹੜਾ ਵਾਟਰ ਕੈਨਨ ਵਾਲਾ ਹੈ ਉਹਨੂੰ ਜਿਹੜਾ ਹੈਗਾ ਤਸ਼ੱਦਦ ਕੀਤਾ, ਉਹਦੀ ਰਿਹਾਈ ਨੂੰ ਲੈ ਕੇ ਉਹਨਾਂ ਨੇ ਇੱਕ ਪ੍ਰੋਟੈਸਟ ਕਰਨ ਵਾਸਤੇ ਤਾਰੀਖ ਮਿਲੀ ਹੋਈ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਸਕਦੇ ਹੋ, ਲੇਕਿਨ ਰੁਕਾਵਟਾਂ ਨਹੀਂ ਪਾ ਸਕਦੇ, ਇਹਨੂੰ ਖੋਲੋ। ਇਹਦੇ ਤੇ ਫਿਰ ਇਹ ਪੁੱਛਿਆ ਵੀ ਪੰਜਾਬ ਸਰਕਾਰ, ਉਹ ਕਹਿੰਦੇ ਪੰਜਾਬ ਸਰਕਾਰ ਆਪਣੀ ਜਿਹੜੀ ਹੈਗੀ ਹੈ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਕਾਨੂੰਨੀ ਤੌਰ ਤੇ ਬੰਦਸ਼ ਹੈ, ਉਹ ਵੀ ਆਪਣਾ ਕਾਨੂੰਨੀ ਤੌਰ ਤੇ ਪ੍ਰੋਗਰਾਮ ਕਰੂਗੀ। ਪਰ ਇਹ ਜਿਹੜਾ ਫੈਸਲਾ ਬਹੁਤ ਵਧੀਆ ਫੈਸਲਾ ਹੈ, ਕਿਉਂਕਿ ਲੋਕਾਂ ਦਾ ਜਿਹੜਾ ਸੰਘਰਸ਼ ਕਰਨ ਦਾ ਰਾਈਟ ਹੈ ਜਿਹੜਾ ਸੰਵਿਧਾਨ ਨੇ ਦਿੱਤਾ ਹੋਇਆ, ਉਹਦੀ ਵਿਆਖਿਆ ਕਰਤੀ ਤੇ ਬਾਖੂਬੀ ਕਰਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ। ਔਰ ਕਿਸਾਨਾਂ ਨੇ ਵੀ ਇਹਦੇ ਤੇ ਤਸੱਲੀ ਪ੍ਰਗਟ ਕੀਤੀ ਹੈ, ਪਰ ਕਿਸਾਨਾਂ ਨੇ ਕਹਿਤਾ ਕਿ ਅਗਲੇ ਦਿਨਾਂ ਦੇ ਵਿੱਚ 16 ਤਾਰੀਖ ਨੂੰ ਸਾਡੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਕਿ ਦਿੱਲੀ ਨੂੰ ਤਾਂ ਫਿਰ ਅਸੀਂ ਜਾਵਾਂਗੇ ਦਿੱਲੀ ਨੂੰ ਚਾਲੇ ਪਾਵਾਂਗੇ, ਉਸ ਪਾਸੇ ਨੂੰ ਅਸੀਂ ਜਾਵਾਂਗੇ ਦਿੱਲੀ, ਔਰ ਉਹਨਾਂ ਨੇ ਫੈਸਲਾ ਉੱਥੇ ਕਰ ਰਹੇ ਨੇ। ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤੇ ਬਹੁਤ ਵਧੀਆ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ, ਔਰ ਇਹਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀ ਥੋੜੀ ਹੈ। ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਦਾ ਜਿਹੜਾ ਸੰਘਰਸ਼ ਕਰਨ ਦਾ, ਆਪਣੇ ਹੱਕਾਂ ਲਈ ਲੜਨ ਦਾ ਬੁਨਿਆਦੀ ਹੱਕ ਹੈ, ਬੁਨਿਆਦੀ ਅਧਿਕਾਰ ਹੈ ਸੰਵਿਧਾਨ ਨੇ ਦਿੱਤਾ ਹੋਇਆ, ਉਹਦੇ ਤਹਿਤ ਉਹਨਾਂ ਨੇ ਜਿਹੜੀ ਹੈ ਬੜੀ ਕਲੀਅਰ ਕੱਟ ਡਾਇਰੈਕਸ਼ਨ ਜਿਹੜੀਆਂ ਉਹ ਦੇ ਦਿੱਤੀਆਂ। ਜੀ ਬਿਲਕੁਲ ਜੀ, ਚੱਲਦੇ ਆਪਾਂ ਪਹਿਲੀ ਕਾਲ ਤੇ। ਹਾਂਜੀ ਸ਼ੇਰਗਿੱਲ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਵੈਸੇ ਭਾਜਪਾ ਵਾਲੇ ਚੋਣਾਂ ਤੋਂ ਪਹਿਲਾਂ ਵੀ ਤੇ ਜਾਂ ਪਿਛਲੇ ਕੁਛ ਸਮੇਂ ਤੋਂ ਰਾਹੁਲ ਗਾਂਧੀ ਨੂੰ ਨਾੜੀ ਜਾਂ ਮਹਿਦੇ ਸੀ ਤੇ ਕੀ ਨਾਮ ਵੀ ਦਿੱਤੇ, ਮੈਂ ਤਾਂ ਉਹ ਨਸ਼ਰ ਨੀ ਕਰਨਾ ਚਾਹੁੰਦਾ, ਤੇ ਕਾਂਗਰਸ ਦਾ ਸਾਹਿਬਜ਼ਾਦਾ ਕਹਿੰਦੇ ਸੀ। ਹੁਣ ਉਹਦੇ ਜਿਹੜੇ ਭਾਸ਼ਣ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ, ਉਹਨੇ ਦਿੱਤਾ ਇੱਕ ਭਾਜਪਾ ਦਾ ਵਿਧਾਇਕ, ਕਹਿੰਦਾ ਵੀਰੇ ਹਿੰਦੂਆਂ ਦੀ ਜਿਹੜੀ ਸਵੈ ਮਾਨ ਉਹਨੂੰ ਸੱਟ ਮਾਰੀ ਆ, ਜੇ ਉਹਨਾਂ ਨੂੰ ਬੇਚ ਕੀਤਾ ਹੈਗਾ ਤੇ ਇਹਦੇ ਕਮਰੇ ਚ ਬੰਦ ਕਰਕੇ ਚਪੇੜਾਂ ਮਾਰਨੀਆਂ ਚਾਹੀਦੀਆਂ। ਦੇਖੋ ਕੀ ਇਹ ਭਾਸ਼ਾ ਜੀ, ਕੀ ਇਹ ਜੇ ਭਾਜਪਾ ਦੀ ਉੱਥੇ ਹੀ ਮਾਨਸਿਕਤਾ ਖੜੀ ਆ, ਜਦੋਂ ਕਿ ਹਾਲਾਂਕਿ ਉਹ ਵਿਰੋਧੀ ਧਿਰ ਦਾ ਨੇਤਾ ਹੈ ਤੇ ਉਹਦਾ ਚੰਗਾ ਅਹੁਦਾ ਤੇ ਸਤਿਕਾਰ ਤਾਂ ਉਹਦਾ ਹੈ, ਇਹਦੇ ਬਾਰੇ ਦਿਓ ਜੀ ਮਾਨਸਿਕਤਾ ਬਾਰੇ। ਦੂਜਾ ਜੀ, ਪੰਜਾਬ ਦੇ ਵਿੱਚ 12 ਤਰੀਕ ਨੂੰ ਭਾਜਪਾ ਸਾਰੇ ਪੰਜਾਬ ਦੀ ਮੀਟਿੰਗ ਰੱਖ ਰਹੀ ਹੈ, ਕੀ ਰਣਨੀਤੀ ਬਣਾ ਰਹੀ ਹੈ ਢਿੱਲੋਂ ਸਾਹਿਬ,
ਆਉਣ ਵਾਲੀਆਂ ਸਾਈ ਦੀਆਂ ਤਿਆਰੀਆਂ ਜਾਂ ਹੋਰ ਕੋਈ ਰਣਨੀਤੀ ਆ? ਹਾਂਜੀ, ਇਹਦੇ ਬਾਰੇ ਚਾਨਣਾ ਪਾਇਓ ਢਿੱਲੋਂ ਸਾਹਿਬ। ਹਾਂਜੀ।